ਨਸ਼ੇ ਫੈਲਾਉਣ ਲਈ ਜ਼ਿੰਮੇਵਾਰ ਸਮਝੇ ਗਏ ਫਿਰੋਜ਼ਪੁਰ ਦੇ DSP ਦਲਜੀਤ ਸਿੰਘ ਢਿੱਲੋਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਕੈਪਟਨ ਸਰਕਾਰ ਨੇ ਇੱਕ ਸਖ਼ਤ ਸੁਨੇਹਾ ਦੇ ਦਿੱਤਾ ਹੈ। ਇਸ ਦੌਰਾਨ ਹੀ ਕੈਪਟਨ ਸਰਕਾਰ ਨੇ ਨਸ਼ਿਆਂ ਦੇ ਇਲਜ਼ਾਮ ਕਾਰਨ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਰਾਜਜੀਤ ਸਿੰਘ ਦੀ ਵੀ ਬਦਲੀ ਕੀਤੀ ਹੈ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਖਾਤੇ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਨਸ਼ੇ ਕਾਰਨ ਪਿਛਲੇ ਮਹੀਨੇ ਹੋਈਆਂ ਦਰਜਨ ਮੌਤਾਂ ਕਰਕੇ ਮੁੱਖ ਮੰਤਰੀ ਉੱਪਰ ਕਾਫ਼ੀ ਦਬਾਅ ਸੀ। ਇਸ ਸਮੇਂ ਉਹਨਾਂ ਦੀ ਸਰਕਾਰ ਕਾਫ਼ੀ ਸਖ਼ਤ ਫੈਸਲੇ ਲੈ ਰਹੀ ਹੈ, ਜਿਨ੍ਹਾਂ ਵਿੱਚੋਂ ਦਾਗੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਕੁਛ ਦਿਨਾਂ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਰੌਲਾ ਚੱਲ ਰਿਹਾ, ਬਹੁਤ ਲੋਕ ਉਹ ਨਸ਼ਿਆਂ ਦੇ ਨਾਲ ਪੂਰੇ ਹੋ ਗਏ ਨੇ, ਅਤੇ ਇਹ ਗੱਲ ਪੰਜਾਬ ਦੇ ਵਿੱਚ ਸਾਡੇ ਹੁੰਦੇ ਨਹੀਂ ਹੋ ਸਕਦੀ। ਅਸੀਂ ਪਰਸੋਂ ਦੇ ਲੱਗੇ ਹੋਏ ਹਾਂ ਬੜੀ ਸਖਤੀ ਨਾਲ, ਔਰ ਮੈਂ ਇਸ ਇਸ਼ੂ 'ਤੇ ਕਿ ਜਿਹੜਾ ਲੋਕ ਇੱਥੇ ਵੇਚ ਰਹੇ ਨੇ, ਬਹੁਤ ਸਖਤੀ ਅਸੀਂ ਵਰਤਾਂਗੇ, ਕਾਨੂੰਨ ਬਦਲਣਾ ਉਹ ਵੀ ਬਦਲਾਂਗੇ, ਔਰ ਅਸੀਂ ਦੇਖਾਂਗੇ ਕਿ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਹੋਣੀ। ਜੋ ਲੋਕ ਇਸ ਚੀਜ਼ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਵਾਸਤੇ ਜੋ ਵੀ ਅਸੀਂ ਉਹਨਾਂ ਦਾ ਇਲਾਜ ਕਰਵਾ ਸਕਦੇ ਹਾਂ, ਉਹ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਕਿਹਾ ਹੋਇਆ ਕਿ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਜਾਂ ਸਰਕਾਰੀ ਕਲੀਨਿਕਾਂ ਵਿੱਚ ਇਹ ਜਾ ਕੇ ਉਹਨਾਂ ਦਾ ਪ੍ਰਬੰਧ ਕਰਵਾਉਣ, ਤਾਂ ਕਿ ਉੱਥੇ ਕਰ ਸਕਣ। ਔਰ ਜਿਹੜੇ ਲੋਕ ਇਹਦੇ ਵਿੱਚ ਵੇਚਦੇ ਨੇ ਨਸ਼ਿਆਂ ਨੂੰ, ਇਹ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਅਗਰ ਇਹ ਵੇਚਣ ਤੋਂ ਇਹਨਾਂ ਨੇ ਨਹੀਂ ਹਟਿਆ, ਅਸੀਂ ਹੁਣ ਬੜੀ ਇੰਨੀ ਸਖਤੀ ਕਰਾਂਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਇਹਨਾਂ ਨੂੰ ਬਚਿਆ ਕੀ ਹੈ। ਇਹ ਗੱਲ ਨਹੀਂ ਅਸੀਂ ਇੱਥੇ ਹੁਣ ਦੇਣੀ, ਬਹੁਤ ਹੋ ਚੁੱਕਿਆ, ਬਹੁਤ ਨੁਕਸਾਨ ਤੁਸੀਂ ਪੰਜਾਬ ਦਾ ਕਰਾ ਦਿੱਤਾ। ਔਰ ਜਿਹੜੇ ਵੀ ਤੁਸੀਂ ਹੋ ਜਿਹੜੀ ਇਹ ਗੱਲ ਕਰਦੇ ਹੋ, ਮੇਰੇ ਵੱਲੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਇੱਕ ਵਾਰ ਫਿਰ ਕਿ ਇਹ ਗੱਲ ਨਹੀਂ ਹੋਏਗੀ, ਅਸੀਂ ਕਾਨੂੰਨ ਬਦਲਾਂਗੇ, ਔਰ ਮੌਤ ਦੀ ਸਜ਼ਾ ਵਾਸਤੇ ਵੀ ਮੈਂ ਸੈਂਟਰ ਨੂੰ ਲਿਖਾਂਗਾ ਕਿ ਜਿਹੜੇ ਬੰਦੇ ਇਹ ਕਰਨ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਮੰਤਰੀਆਂ ਨੇ ਨਸ਼ੇ ਦੇ ਮੁੱਦੇ 'ਤੇ ਕੈਪਟਨ ਨੂੰ ਵਧੇਰੇ ਸਖ਼ਤ ਕੀਤੇ ਜਾਣ ਦੀ ਮੰਗ ਕੀਤੀ ਹੈ। ਬੀਤੇ ਕੱਲ੍ਹ ਹੋਈ ਕੈਬਨਿਟ ਦੀ ਹੰਗਾਮੀ ਮੀਟਿੰਗ ਵਿੱਚ ਮੰਤਰੀਆਂ ਨੇ ਕੈਪਟਨ 'ਤੇ ਵੱਡੀਆਂ ਮੱਛੀਆਂ ਫੜਨ ਲਈ ਵੀ ਜ਼ੋਰ ਪਾਇਆ ਦੱਸਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।